ਗੁੱਡ ਮਾਰਨਿੰਗ एवरीवन वेलकम टू द ऑफिशियल ਚੈਨਲ ਆਫ ਐਰੂਡੇਸ਼ਨ ਸਟੱਡੀਜ਼ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ 15 16 ਐਂਡ 17 ਜਨਵਰੀ ਦੇ ਕਰੰਟ ਅਫੇਅਰਸ ਨੂੰ ਕਵਰ ਕਰਾਂਗੇ ਜਿਹੜੇ ਸਟੂਡੈਂਟ ਪਹਿਲੀ ਵਾਰ ਇਸ ਸੈਸ਼ਨ ਨੂੰ ਦੇਖ ਰਿਹਾ ਉਹਨਾਂ ਲਈ ਦੱਸ ਦਿਆਂ ਕਿ ਐਰੂਡੇਸ਼ਨ ਸਟੱਡੀਜ਼ ਦੇ ਉੱਪਰ ਤੁਹਾਨੂੰ ਡੇਲੀ ਦੇ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੇ ਕਰੰਟ ਅਫੇਅਰਸ ਨੂੰ ਕਰਵਾਇਆ ਜਾਂਦਾ ਆ ਔਰ ਇਸ ਦੇ ਵਿੱਚ ਅਸੀਂ ਸਾਰੀਆਂ ਹੀ ਇੰਪੋਰਟੈਂਟ ਨਿਊਜ਼ਪੇਪਰ ਦ ਹਿੰਦੂ ਹਿੰਦੁਸਤਾਨ ਟਾਈਮ ਇਕਨੋਮਿਕਸ ਟਾਈਮ ਹਰ ਇੱਕ ਨੂੰ ਅਸੀਂ ਕਵਰ ਕਰੀਦਾ ਆ ਔਰ ਤੁਸੀਂ ਇੰਡੀਆ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾ ਉਥੇ கரنٹ افੇਅਰ ਅਗਰ ਕੋਈ ਪਾਠ ਹੈ ਤਾਂ ਐਸੀ ਸੈਕਸ਼ਨ ਦੇ ਵਿੱਚੋਂ ਹੀ ਤੁਹਾਨੂੰ ਡੈਫੀਨਿਟਲੀ ਕੁਐਸ਼ਨਸ ਪੁੱਟ ਕਰਲੇ ਜਾਣਗੇ ਔਰ ਪੰਜਾਬ ਦੇ ਤਾਂ ਸਾਰੇ ਹੀ ਪੇਪਰਸ ਨੂੰ ਅਸੀਂ ਬੜੀ ਆਸਾਨੀ ਨਾਲ ਕਵਰ ਕਰ ਰਹੇ ਹਾਂ ਓਕੇ ਐਂਡ ਦੂਸਰੀ ਚੀਜ਼ ਇੱਥੇ ਤੁਹਾਨੂੰ கரنٹ افੇਅਰ ਦੇ ਨਾਲ ਨਾਲ ਜਨਰਲ ਸਟੱਡੀਜ਼ ਦੇ ਬਾਕੀ ਸਬਜੈਕਟ ਵੀ ਕਵਰ ਕਰਵਾਏ ਜਾਂਦੇ ਆ ਲਾਈਕ ਅਸੀਂ ਐਡ ਪ੍ਰੈਜ਼ੈਂਟ ਪੋਲੀਟੀ ਨੂੰ ਸਟਾਰਟ ਕੀਤਾ ਹੋਇਆ ਉਸ ਦੇ ਨਾਲ ਨਾਲ ਅਸੀਂ ਕਰ ਰਹੇ ਹਾਂ ਹਿਸਟਰੀ ਨੂੰ ਓਕੇ ਤਾਂ ਇਹਨਾਂ ਦੋਨਾਂ ਦੇ ਕ੍ਰੈਸ਼ ਕੋਰਸ ਨੂੰ ਤੁਸੀਂ ਦੇਖੋਗੇ ਤਾਂ ਬਿਲਕੁਲ ਜ਼ੀਰੋ ਟੂ ਹੀਰੋ ਵਾਲੀ ਸੀਰੀਜ਼ ਹੈ ਕੀ ਹੈ ਤਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਸਮਝਾਇਆ ਜਾਂਦਾ ਹੈ ਹਿਸਟਰੀ ਐਂਡ ਪੋਲੀਟੀ ਨੂੰ রাইਟ ਔਰ ਜਿਹੜੇ ਸਟੂਡੈਂਟਸ ਅਗਰ ਸਾਇੰਸ ਸਰ ਯਾ ਫਿਰ ਮੈਥ ਬੈਕਗਰਾਉਂਡ ਦੇ ਵੀ ਹੈਗੇ ਆ ਉਹਨਾਂ ਦੇ ਲਈ ਵੀ ਇਹ ਵਾਲੇ ਸੈਸ਼ਨ ਬਹੁਤ ਜ਼ਿਆਦਾ ਈਜ਼ੀ ਵੇ ਦੇ ਨਾਲ ਤਿਆਰ ਕੀਤੇ ਗਏ ਆ ਔਰ ਅਗਰ ਤੁਸੀਂ ਗਵਰਨਮੈਂਟ ਜੌਬ ਲੈਣਾ ਚਾਹੁੰਦੇ ਹੋ ਅਗਰ ਤੁਸੀਂ ਐਗਜ਼ਾਮ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੇ ਸੈਸ਼ਨ ਹੈਗੇ ਨੇ ਨਾ ਇਹ ਤੁਹਾਡੇ ਲਈ ਰਾਮਬੰਦ ਦਾ ਕੰਮ ਕਰਨਗੇ ਇਸ ਲਈ ਤੁਸੀਂ ਇਹਨਾਂ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਔਰ ਤੁਹਾਨੂੰ ਇਸ ਦਾ ਲਿੰਕ ਮਿਲ ਜਾਏਗਾ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਹੈ ਉੱਥੇ ਜਾ ਕੇ ਤੁਸੀਂ ਐਨਾ ਸੈਸ਼ਨਸ ਨੂੰ ਦੇਖ ਸਕਦੇ ਹੋ ਸਟਾਰਟ ਕਰਦੇ ਹਾਂ ਫਿਰ ਅੱਜ ਦੇ ਸੈਸ਼ਨ ਨੂੰ ਜੋਸ ਜੇਨੀਅਲ ਆਟੇਗਾ ਇਹ ਹੁਨੇ ਹੁਨੇ ਪ੍ਰੈਸੀਡੈਂਟ ਬਣੇ ਹੈ ਕਿਹੜੀ ਕੰਟਰੀ ਦੇ ਪ੍ਰੈਸੀਡੈਂਟ ਬਨਾਇਆ ਗਿਆ ਤਾਂ ਮਿਸਟਰ ਡੇਨੀਅਲ ਨੂੰ ਹਾਲ ਹੀ ਦੇ ਵਿੱਚ 5th ਟਾਈਮ ਪ੍ਰੈਸੀਡੈਂਟ ਬਨਾਇਆ ਗਿਆ ਹੈ ਨਿਕਾਰਾਗਵਾਦਾ ਐਂਡ ਅਗਰ ਤੁਸੀਂ ਇਹਨੂੰ ਦੇਖੋਗੇ ਕੌਨਸੈਕੂਟਿਵਲੀ ਯਾਨੀ ਕਿ ਲਗਾਤਾਰ ਤਾਂ ਲਗਾਤਾਰ ਹੀ ਚੌਥੀ ਵਾਰ ਪ੍ਰੈਸੀਡੈਂਟ ਬਣਨੇ ਨੇ ਓਕੇ ਔਰ ਇਹ ਸੈਂਡੀਨਿਸਟਾ ਨੈਸ਼ਨਲ ਲਿਬਰੇਸ਼ਨ ਫਰੰਟ ਵਾਲੀ ਪਾਰਟੀ ਤੋਂ ਬਿਲੋਂਗ ਕਰਦੇ ਹੈ ਔਰ ਹੁਣ ਇਹ 2027 ਤੱਕ ਐਸ ਪ੍ਰੈਜ਼ੀਡੈਂਟ ਨਿਕਾਰਾਗਵਾ ਦੇ ਵਿੱਚ ਸਰਵ ਕਰਨ ਵਾਲੇ ਨੇ ਓਕੇ ਨਿਕਾਰਾਗਵਾ ਦੀ ਕੈਪੀਟਲ ਹੈਗੀ ਹੈ ਮਾਨਾਗਵਾ ਆਫੀਸ਼ੀਅਲ ਲੈਂਗੁਏਜ ਸਪੈਨਿਸ਼ ਹੈ ਪ੍ਰੈਜ਼ੀਡੈਂਟ ਡੈਨੀਅਲ ਆਉਟੇਗਾ ਬਣਾਏ ਗਏ ਕਰੰਸੀ ਹੈ ਕੋਡੋਬਾ ਔਰ ਇਹ ਤੁਹਾਨੂੰ ਸੈਂਟਰਲ ਅਮਰੀਕਨ ਜੋ ਇਸਥਮਸ ਹੈ ਇਸੇ ਵੀ ਸਭ ਤੋਂ ਲਾਰਜੈਸਟ ਕੰਟਰੀ ਮਿਲੇਗੀ ਹੁਣ ਇੱਥੇ ਇੱਕ ਟਰਮ ਆ ਰਹੀ ਹੈ ਇਸਥਮਸ ਇਹ ਕੀ ਹੁੰਦਾ ਹੈ ਇਹ ਇੱਕ ਜੀਓਗ੍ਰਾਫੀਕਲ ਟਰਮ ਹੈ ਸਪੋਜ਼ ਕਰੋ ਇੱਥੇ ਇੱਕ ਵੱਡੀ ਲੈਂਡ ਹੈ ਔਰ ਇੱਥੇ ਵੀ ਇੱਕ ਵੱਡੀ ਲੈਂਡ ਦਾ ਟੁਕੜਾ ਹੈ ਠੀਕ ਹੈ ਅੰਨਾ ਦੋਨਾਂ ਲੈਂਡਸ ਨੂੰ ਜਿਹੜੀ ਪਤਲੀ ਜੀ ਲੈਂਡ ਦੀ ਪੱਟੀ ਮਿਲਾਂਦੀ ਆ ਐਸ ਪੱਟੀ ਨੂੰ ਬੋਲਿਆ ਜਾਂਦਾ ਹੈ ਇਸਥਮਸ ਓਕੇ ਤਾਂ ਇਹ ਜਿਹੜੀ ਨਿਕਾਰਾ ਗੋਆ ਇਹ ਵੀ ਬਿਲਕੁਲ ਐਦਾਂ ਪਤਲੀ ਜੀ ਲੈਂਡ ਦੀ ਇੱਕ ਸਟ੍ਰਿਪ ਹੈਗੀ ਆ ਜਿਹੜੀ ਕਿ ਸੈਂਟਰਲ ਅਮਰੀਕਨ ਇਸਥਮਸ ਦੇ ਵਿੱਚ ਮਿਲੇਗੀ ਔਰ ਇਸ ਨੂੰ ਬੋਲਿਆ ਜਾਂਦਾ ਹੈ ਲੈਂਡ ਆਫ ਲੇਕਸ ਐਂਡ ਵੋਲਕੇਨਸ ਇਹ ਬਹੁਤ ਇੰਪੋਰਟੈਂਟ ਰਹੂਗਾ ਇਸ ਦੇ ਨਾਲ ਨਾਲ ਯਾਦ ਰੱਖਣਾ ਹੈ ਅਮਰੀਕਾ ਦਾ ਸੈਕਿੰਡ ਲਾਰਜੈਸਟ ਰੇਨ ਫੋਰੈਸਟ ਨਾਮ ਹੈ बोसावास बायोस्फीयर रिजर्व ये भी ਤੁਹਾਨੂੰ ਨਿਕਾਰਾ ਗਵਾ ਦੇ ਵਿੱਚ ਹੀ ਮਿਲੇਗਾ ਕਿਉਂਕਿ ਉਹਨੇ ਕੰਟਰੀ نیوز ਦੇ ਵਿੱਚ ਹੈ ਇਸ ਲਈ ਇਹ ਜਿਹੜੇ ਤਿੰਨ ਫੈਕਟਸ ਹੈ ਤੁਹਾਨੂੰ ਤਿੰਨੋਂ ਯਾਦ ਰੱਖਣੇ ਚਾਹੀਦੇ ਆ ਓਕੇ ਹੁਣ ਅਸੀਂ ਇੱਥੇ ਦੇਖ ਲੈਨੇ ਆ ਨਿਕਾਰਾ ਗਵਾ ਦੀ ਲੋਕੇਸ਼ਨ ਤਾਂ ਬਿਲਕੁਲ ਰਾਈਟ ਸਾਈਡ ਦੇਖੋ ਇੱਥੇ ਤੁਸੀਂ ਦੇਖ ਪਾ ਰਹੇ ਹੋ ਦੋ ਵੱਡੀਆਂ ਲੈਂਡਸ ਦੇ ਵਿਚਕਾਰ ਇੱਥੇ ਸਟ੍ਰਿਪ ਹੈਗੀ ਆ ਠੀਕ ਹੈ ਇਹ ਦੋਨੋਂ ਲੈਂਡਸ ਨੂੰ ਮਿਲਾ ਰਹੀ ਹੈ ਇਹ ਹੀ ਹੈ ਇਸਟਮਸ ਓਕੇ ਆਲ ਰਾਈਟ ਇਸ ਤੋਂ ਬਾਅਦ ਤੁਸੀਂ ਦੇਖੋਗੇ ਨਿਕਾਰਾ ਗਵਾ ਦੀ ਲੋਕੇਸ਼ਨ ਐਰੀ ਔਰ ਐਂਦੇ ਤੁਹਾਨੂੰ ਰਾਈਟ ਸਾਈਡ ਇੱਥੇ ਦਿਖ ਰਿਹਾ ਹੈ ਕੈਰੀਬੀਅਨ ਸੀ ਓਕੇ ਯਾਨੀ ਕਿ ਨਿਕਾਰਾਗਵਾ ਦੇ ਈਸਟ ਵਾਲੇ ਸਾਈਡ ਕੈਰੀਬੀਅਨ ਸੀ ਹੋਏਗਾ ਔਰ ਇਸਦੇ ਸਾਊਥ-ਵੈਸਟ ਵਾਲ ਤੁਹਾਨੂੰ ਪੈਸੀਫਿਕ ਓਸ਼ੀਅਨ ਦੀ ਲੋਕੇਸ਼ਨ ਮਿਲ ਜਾਏਗੀ ਓਕੇ ਔਰ ਐਂਦੇ ਉੱਪਰ ਪਹਿਲਾਂ ਸਪੇਨ ਦਾ ਕਬਜ਼ਾ ਰਿਹਾ ਹੈ ਕਾਫੀ ਟਾਈਮ 16th ਸੈਂਚਰੀ ਦੇ ਵਿੱਚ ਜਾ ਕੇ ਇਸ ਨੂੰ ਕੌਂਕਰ ਕਰ ਲਿਆ ਗਿਆ ਸੀਗਾ ਔਰ 1821 ਦੇ ਵਿੱਚ ਇਸ ਨੂੰ ਫਿਰ ਆਜ਼ਾਦੀ ਮਿਲੀ ਸੀ ਓਕੇ 올 ਰਾਈਟ ਹੁਣ ਅਸੀਂ ਦੇਖਦੇ ਹਾਂ ਜੀ ਟੌਪ 5 ਜਿਹੜੀਆਂ ਇੰਟਰਨੈਸ਼ਨਲ ਅਪਾਇੰਟਮੈਂਟਸ ਹੋਈਆਂ ਕਜ਼ਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬਣਾਏ ਗਏ ਅਲੀ ਖਾਨ ਸਮਾਈਲੋ ਸ Sudan ਦੇ PM ਬਨੇ ਅਬਦੱਲਾ ਹਮਦੋਕ ਆਸਟਰੀਆ ਦੇ ਨਵੇਂ ਚਾਂਸਲਰ ਬਣਾਏ ਗਏ ਅਲੈਗਜ਼ੈਂਡਰ ਸ਼ੈਲਨਬਰਗ PM ਬਨੇ ਇਥੀਓਪੀਆ ਦੇ ਅਬੇ ਅਹਿਮਦ ਐਂਡ ਜਿਹੜੇ ਇਹ ਬਹੁਤ ਇੰਪੋਰਟੈਂਟ ਰਹੂਗਾ ਟਿਊਨੀਸ਼ੀਆ ਦੇ ਪਹਿਲੇ ਔਰਤ ਪ੍ਰਾਈਮ ਮਿਨਿਸਟਰ ਕੌਣ ਬਣ ਗਏ ਨੇ 나ਜਲਾ ਬੋਜਨ ਓਕੇ ਨੈਕਸਟ ਕੁਐਸਚਨ ਹੈ ਜੀ ਉਸ ਪਿੰਡ ਦਾ ਨਾਮ ਦੱਸੋ ਜਿਹੜਾ ਇੰਡੀਆ ਦੇ ਵਿੱਚ ਪਹਿਲਾ सैनिटरी नापकिन फ्री विलेज होने होने बनाया ता इस पिंड का नाम है कुंबांगी ओके और यह केरला के दे, कोचीन दे लोकेटिड और इंडिया का पहला सैनिटरी फ्री विलेज बन गया है गया एंड इतने एक इनिशिएटिव लॉन्च किया गया इनिशिएटिव का तुसी नाम याद रखोगे इट इज़ अवलकाई ओके और एंदे अंडर कुंबा जो है ਇਸਦੇ ਵਿੱਚ ਕਾਲਜ ਦੇ ਵਿੱਚ ਜਿੰਨੀਆਂ ਵੀ ਗਰਲਸ ਪੜ੍ਹਦੀਆਂ ਜਿਨ੍ਹਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਉੱਪਰ ਹੈ ਠੀਕ ਹੈ ਔਰ ਜਾਂ ਫਿਰ ਬਾਕੀ ਵੀ ਜਿਹੜੀਆਂ ਫੀਮੇਲਸ ਐ ਉਹਨਾਂ ਨੂੰ ਮੈਨਸਚੁਰਲ ਕੱਪਸ ਡਿਸਟ੍ਰੀਬਿਊਟ ਕੀਤੇ ਜਾ ਰਹੇ ਹੈਗੇ ਆ ਰਾਈਟ ਔਰ ਇਸੇ ਵਿੱਚ ਬੋਲਿਆ ਗਿਆ ਹੈ ਕਿ 5000 ਮੈਨਸਚੁਰਲ ਕੱਪਸ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ ਐਂਡ ਇਹਨਾਂ ਦਾ ਟਾਰਗੇਟ ਰੱਖਿਆ ਗਿਆ ਓਕੇ ਔਰ ਐਨਆਈ ਨਹੀਂ ਕੁਝ ਦਿਨ ਪਹਿਲਾਂ ਇਹ ਜੋ ਵਿਲੇਜ ਹੈ ਇਹ ਇੰਡੀਆ ਦਾ ਪਹਿਲਾ ਮਾਡਲ ਟੂਰਿਸਟ ਵਿਲੇਜ ਵੀ ਬਣਿਆ ਸੀਗਾ ਔਰ ਇਹੀ ਵਿਲੇਜ ਹੈ ਜੋ ਇੰਡੀਆ ਦਾ ਪਹਿਲਾ ਇਕੋ ਟੂਰਿਸਟ ਵਿਲੇਜ ਵੀ ਬਣਿਆ ਸੀ ਤਾਂ ਐਨਾ ਕੁਝ ਪਹਿਲੀ ਵਾਰ ਇਸ ਵਿਲੇਜ ਚ ਹੋਇਆ ਹੈ ਤਾਂ ਇਸ ਦਾ ਨਾਮ ਤੁਸੀਂ ਅੱਛੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖਣਾ ਇਟ ਇਜ਼ ਕੁੰਬਲਾੰਗੀ ਓਕੇ ਤੇ ਜਦੋਂ ਇਹਨੂੰ ਸੈਨੇਟਰੀ ਨੈਪਕਿਨ ਫ੍ਰੀ ਵਿਲੇਜ ਅਨਾਉਂਸ ਕੀਤਾ ਜਾਊਗਾ ਉਦੋਂ ਹੀ ਇਹਨੂੰ ਮਾਡਲ ਵਿਲੇਜ ਵੀ ਅਨਾਉਂਸ ਕੀਤਾ ਜਾਣਾ ਆ ਮਾਡਲ ਵਿਲੇਜ ਦੇ ਲਈ ਸਾਡੇ ਸੈਂਟਰਲ ਗਵਰਨਮੈਂਟ ਨੇ ਇੱਕ ਸਕੀਮ ਸਟਾਰਟ ਕੀਤੀ ਹੋਈ ਹੈ ਇਟ ਇਜ਼ ਕੋਲਡ ਪੀਐਮ ਸੰਸਦ ਆਦਰਸ਼ ਗ੍ਰਾਮ ਯੋਜਨਾ ਓਕੇ ਤੇ ਮੈਂਟ ਕੀਤਾ ਜਾ ਰਿਹਾ ਐਸ ਪਿੰਡ ਦੇ ਵਿੱਚ ਤੇ ਇੱਥੇ ਇੱਕ ਟੂਰਿਜ਼ਮ ਦਾ ਇਨਫੋਰਮੇਸ਼ਨ ਸੈਂਟਰ ਵੀ ਸੈਟ ਅਪ ਕੀਤਾ ਜਾ ਰਿਹਾ ਓਕੇ ਔਰ ਕੁੰਬਾਲਾਂਬੀ ਇੱਕ ਆਈਲੈਂਡ ਵਿਲੇਜ ਹੈਗਾ ਯਾਦ ਰੱਖਣਾ ਐਂਡ ਇਹ ਕੋਚੀ ਸਿਟੀ ਦੇ ਬਾਹਰ ਵਾਲੀ ਸਾਈਡ ਯਾਨੀ ਆਊਟਸਕਰਟ ਏਰੀਆ ਦੇ ਉੱਪਰ ਲੋਕੇਟਿਡ ਹੈਗਾ ਯਾ ਰਾਈਟ ਐਂਡ ਇੱਥੇ ਜਿੰਨੇ ਵੀ ਲੋਕ ਹੈ ਉਹਨਾਂ ਦਾ ਮੇਨ ਕੰਮ ਹੈਗਾ ਆ ਫਿਸ਼ਿੰਗ ਓਕੇ ਤਾਂ ਮੱਛੀ ਪਾਲਣ ਹੀ ਇਹਨਾਂ ਦਾ ਮੇਨ ਕੀਤਾ ਰਹੇਗਾ ਔਰ ਇੱਥੇ ਦੀ ਐਡਮਿਨਿਸਟ੍ਰੇਸ਼ਨ ਐਸ ਛੋਟੇ ਜਿਹਾ ਵਿਲੇਜ ਨੂੰ ਹੁਣ ਮਾਡਲ ਫਿਸ਼ਿੰਗ ਵਿਲੇਜ ਵੱਲੋਂ ਵੀ ਡਵੈਲਪ ਕਰਦੀ ਪਈ ਹੈ ਓਕੇ ਔਰ ਜਿੰਨੇ ਵੀ ਮੈ ਤੋਂ ਨੇ ਪ੍ਰੋਜੈਕਟ ਦੱਸਿਆ ਐ ਇੰਨਾ ਸਾਰਿਆਂ ਨੂੰ ਹੁਣ 2003 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਐਸਪਿੰਡ ਦੇ ਵਿੱਚ ਓਕੇ ਹੁਣ ਦੇਖ ਰਹੇ ਹਾਂ ਕੇਰਲਾ ਦੀਆਂ ਟੌਪ 5 ਨਿਊਜ਼ ਤਾਂ ਸਿਟੀਜ਼ਨ ਕਨਸਟੀਟਿਊਸ਼ਨ ਲਿਟਰੇਸੀ ਕੈਂਪੇਨ ਚਲਾਇਆ ਜਾ ਰਿਹਾ ਹੈ ਕੇਰਲਾ ਦੇ ਵਿੱਚ ਬੜਾ ਹੀ ਅੱਛਾ ਕੈਂਪੇਨ ਹੈ ਔਰ ਇਸ ਨੂੰ ਇੱਥੇ ਦੇ ਕੋਲਮ ਡਿਸਟ੍ਰਿਕਟ ਦੇ ਵਿੱਚ ਚਲਾਇਆ ਗਿਆ ਹੈ ਕੇਰਲਾ ਦੇ ਓਕੇ ਦੇ ਕੋ ਜਿੰਨੇ ਵੀ ਐਸ ਡਿਸਟ੍ਰਿਕਟ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਬੇਸਿਕਸ ਦੇ ਬਾਰੇ ਦੇ ਵਿੱਚ ਐਜੂਕੇਟ ਕੀਤਾ ਜਾਊਗਾ ਐਸ ਕੈਂਪੇਨ ਦੇ ਅੰਡਰ ਦੈਨ ਕੋਚੀ ਪਹਿਲੀ ਇੰਡੀਆ ਦੀ ਐਦਾਂ ਦੀ ਸਿਟੀ ਬਣੀ ਜਿਸ ਨੇ ਵਾਟਰ ਮੈਟਰੋ ਪ੍ਰੋਜੈਕਟ ਨੂੰ ਲਾਂਚ ਕੀਤਾ ਆ ਕੇਰਲਾ ਨੇ 5000 ਕਰੋੜ ਦੀ ਹੈਲਪ ਅਨਾਉਂਸ ਕੀਤੀ ਹੈ ਐਮ ਐਸ ਐਮ ای ਸੈਕਟਰ ਦੇ ਲਈ ਇੱਥੇ ਕ੍ਰਿਸ਼ੀ ਕਰਨਾ ਨਾਮ ਦਾ ਇੱਕ ਪ੍ਰੋਜੈਕਟ ਆਇਆ ਜਿਸ ਨੂੰ ਐਗਰੀਕਲਚਰ ਐਂਡ ਗਾਰਡਨਿੰਗ ਪ੍ਰੈਕਟਿਸਸ ਨੂੰ ਪ੍ਰੋਮੋਟ ਕਰਨ ਦੇ ਲਈ ਸਟਾਰਟ ਕੀਤਾ ਗਿਆ ਫਿਰ ਬੋਲਿਆ ਜਾ ਰਿਹਾ ਇੱਥੇ ਦੀ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਹੁਣ 트ਾਂਸਜੈਂਡਰਜ਼ ਦੇ ਲਈ ਕੋਈ ਵੀ ਏਜ ਦੀ ਲਿਮਿਟ ਨਹੀਂ ਹੋਏਗੀ ਓਕੇ ਕੁਐਸਚਨ ਨੰਬਰ 3 ਕਿੱਥੇ ਐਮਐਸ ਐਮਟੀ ਟੈਕਨੋਲੋਜੀ ਸੈਂਟਰ ਨੂੰ ਹੁਨੇ ਹੁਨੇ ਇਨੋਗਰੇਟ ਕੀਤਾ ਗਿਆ ਤਾਂ ਇਸ ਦੀ ਇਨੋਗ੍ਰੇਸ਼ਨ ਹੋਈ ਹੈ ਜੀ ਪ੍ਰਧਾਨ ਮੰਤਰੀ ਵੱਲੋਂ ਓਕੇ ਔਰ ਤੁਹਾਨੂੰ ਪਤਾ ਹੋਊਗਾ ਹਾਲ ਹੀ ਦੇ ਵਿੱਚ 12 ਐਂਡ 13 ਜਨਵਰੀ ਨੂੰ ਨੈਸ਼ਨਲ ਯੂਥ ਫੈਸਟੀਵਲ ਮਨਾਇਆ ਗਿਆ ਸੀ ਐਸੀ ਹੀ ਓਕੇਸ਼ਨ ਦੇ ਉੱਪਰ ਪ੍ਰਾਈਮ ਮਿਨਿਸਟਰ ਨੇ ਵਰਚੂਲੀ ਪੁੱਡੂਚੇਰੀ ਦੇ ਵਿੱਚ ਹੁਨੇ ਹੁਨੇ ਸਟਾਰਟ ਕੀਤਾ ਇੱਥੇ ਐਮ ਐਸ ਐਮ ਇ ਆਏਗਾ ਸੌਰੀ ਟੀ ਲਿਖਿਆ ਹੋਇਆ ਹੈ ਐਮ ਐਸ ਐਮ ਇ ਟੈਕਨੋਲੋਜੀ ਸੈਂਟਰ ਦਾ ਉਦਘਾਟਨ ਕੀਤਾ ਆ ਠੀਕ ਹੈ ਜੋ ਕਿ ਐਮ ਐਸ ਐਮ ਇ ਮਿਨਿਸਟਰੀ ਦੇ ਅੰਡਰ ਹੀ ਕੰਮ ਕਰੇਗਾ ਓਕੇ ਔਰ ਐਦੇ ਨਾਲ ਨਾਲ ਇਹਨਾਂ ਨੇ ਪੁੱਡੂਚੇਰੀ ਦੇ ਵਿੱਚ ਇੱਕ ਪਰੈਂਥਾ ਲੇਵੀਅਰ ਕਾਮਰਾਜ ਮਨੀ ਮੰਡਲਮ ਨਾਮ ਦੀ ਇੱਕ ਮਾਡਰਨ ਆਡੀਟੋਰੀਅਮ ਨੂੰ ਵੀ ਇਨੋਗਰੇਟ ਕੀਤਾ ਹੈਗਾ ਆ ਔਰ ਨਾਲ ਦੇ ਨਾਲ ਇੱਥੇ ਇੱਕ ਓਪਨ 에ਅਰ ਥੀਏਟਰ ਨੂੰ ਵੀ ਇਨੋਗਰੇਟ ਕੀਤਾ ਗਿਆ ਹੈ ਇਹ ਸਾਰਾ ਇਨੋਗ੍ਰੇਸ਼ਨ ਹੋਇਆ ਹੈ ਆ ਪੁੱਡੂਚੇਰੀ ਦੇ ਵਿੱਚ ਓਕੇ ਟੋਪ 5 ਇਨੋਗ੍ਰੇਸ਼ਨ ਦੇਖੋ ਕਲਪਨਾ ਚਾਵਲਾ ਸੈਂਟਰ ਫॉर ਰਿਸਰਚ ਨੂੰ ਹੁਨੇ ਹੁਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਾਡੇ ਡਿਫੈਂਸ ਮਿਨਿਸਟਰ ਮਿਸਟਰ ਰਾਜਨਾਥ ਸਿੰਘ ਜੀ ਵੱਲੋਂ ਇਨੋਗ੍ਰੇਟ ਕੀਤਾ ਗਿਆ ਇੰਟਰਨੈਸ਼ਨਲ ਯੋਗਾ ਅਕੈਡਮੀ ਨੂੰ ਹਾਈਦਰਾਬਾਦ ਤੇਲੰਗਾਨਾ ਵਿੱਚ ਇਨੋਗ੍ਰੇਟ ਕੀਤਾ ਗਿਆ ਦੈਨ ਇੰਡੀਆ ਦੇ ਵਿੱਚ ਸੈਮੀ ਕੰਡਕਟਰ ਮਿਸ਼ਨ ਨੂੰ ਲਾਂਚ ਕੀਤਾ ਗਿਆ ਔਰ ਇਸ ਨੂੰ ਮਿਨਿਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਅਸ਼ਵਨੀ ਵੈਸ਼ਨਮ ਨੇ ਇਨੋਗ੍ਰੇਟ ਕੀਤਾ ਦੈਨ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਨੂੰ ਮੇਰਟ ਦੇ ਵਿੱਚ ਇਨੋਗ੍ਰੇਟ ਕੀਤਾ ਗਿਆ ਆ ਐਮਪੀ ਦੇ ਵਿੱਚ ਬੀਨਾ ਨਾਮ ਤੋਂ ਐਂਡ ਯੂਪੀ ਦੇ ਵਿੱਚ ਪੰਕੀ ਨਾਮ ਤੋਂ ਪਾਈਪਲਾਈਨ ਪ੍ਰੋਜੈਕਟਸ ਨੂੰ ਸਾਡੇ ਪੀਐਮ ਵੱਲੋਂ ਇਨੋਗ੍ਰੇਟ ਕੀਤਾ ਗਿਆ ਆ ਨੈਕਸਟ ਕੁਐਸਚਨ ਹੈ ਉਸ ਇਨੀਸ਼ੀਏਟਿਵ ਦਾ ਨਾਮ ਦੱਸੋ ਜਿਸ ਨੂੰ ਨਾਰਥ-ਈਸਟਰਨ ਵਾਲੀਆਂ ਸਟੇਟਸ ਦੇ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਸਟਾਰਟ ਕੀਤਾ ਗਿਆ ਓਕੇ ਤਾਂ ਇੱਥੇ ਤੁਸੀਂ ਇੱਕ ਨਾਮ ਯਾਦ ਰੱਖਣਾ ਮਿਨਾਕਸ਼ੀ ਲੇਖੀ ਇਹ ਮਿਨਿਸਟਰ ਆਫ ਸਟੇਟ ਫੋਰ ਕਲਚਰ ਹੈਗੇ ਨੇ और इन्होंने न्यू डेली लॉन्च किया नॉर्थ ईस्ट ओन व्हील्स नाम के प्रोजैक्ट नके और एक एक्सपीडिशन है ठीक है जिस की नॉर्थ ईस्टर्न कल्चर प्रमोट करता गया गया, और यह एक बाइक्स के ऊपर होने वाला एक्सपीडिशन होएगा इसको एट तो लैके सिक्सटीन अप्रैल तक चलाया जाएगा ठीक है और हूने असं मना रहे अपनी देश की आज़ादी का अमृत महोत्सव ठीक है इसे दे अंडर ही ए वाला एक्सपीडिशन किया जाए या ਔਰ ਇਸ ਦੇ ਵਿੱਚ 75 ਬਾਈਕਰਸ ਹੋਣਗੇ ਜਿਨ੍ਹਾਂ ਨੂੰ ਕਿ ਸਿਲੈਕਟ ਕੀਤਾ ਜਾਏਗਾ ਔਰ ਇਹ ਪਾਰਟਿਸਿਪੇਟ ਕਰਨਗੇ ਔਰ 9000 ਦੇ ਕਰੀਬ ਕਿਲੋਮੀਟਰ ਨੂੰ ਕਵਰ ਕਰਨਗੇ ਏਰੀਆ ਨਾਰਥ-ਈਸਟਰਨ ਸਾਈਡ ਐਂਡ ਇਹ 6 ਗਰੁੱਪਸ ਦੇ ਵਿੱਚ ਐਕਸਪੈਡੀਸ਼ਨ ਕਰਨਗੇ ਓਕੇ ਔਰ ਜਿਹੜੀ ਸਾਡੇ ਟੂਰਿਜ਼ਮ ਮਿਨਿਸਟਰੀ ਹੈਗੀ ਹੈ ਇਹਨਾਂ ਨੇ ਇੱਕ ਹੋਰ ਇਨੀਸ਼ੀਏਟਿਵ ਨੂੰ ਵੀ ਸਟਾਰਟ ਕੀਤਾ ਆ ਇਸ ਦਾ ਨਾਮ ਹੈ ਦੇਖੋ ਆਪਣਾ ਦੇਸ਼ ਇਸ ਦੇ ਬਾਰੇ ਤੁਸੀਂ ਡੈਫੀਨਿਟਲੀ ਸੁਨਿਆ ਹੋਣਾ ਸਪੈਸ਼ਲੀ ਡੂਰਿੰਗ ਕੋਵਿਡ ਓਕੇ ਤਾਂ ਇਹ ਜਿਹੜੇ ਬਾਈਕਰਸ ਜਾਣਗੇ ਉਹ ਇਹ ਰੋਡ ਸੇਫਟੀ ਦੇ ਬਾਰੇ ਵਿੱਚ ਪ੍ਰਮੋਟ ਵੀ ਕਰਨਗੇ ਐਂਡ ਦੇਖੋ ਆਪਣਾ ਦੇਸ਼ ਨੂੰ ਵੀ ਪ੍ਰਮੋਟ ਕਰਨ ਵਾਲੇ ਨੇ ਸੈਂਟਰ ਦੀ ਸਕੀਮ ਨੂੰ ਓਕੇ ਨੈਕਸਟ ਹੈ ਵਿਰਾਟ ਕੋਹਲੀ ਨੇ ਹਾਲ ਹੀ ਦੇ ਵਿੱਚ ਆਪਣੀ ਰਿਟਾਇਰਮੈਂਟ ਅਨਾਉਂਸ ਕੀਤੀ ਹੈ ਇੰਡੀਅਨ ਕੈਪਟਨ ਦੇ ਤੌਰ ਦੇ ਉੱਪਰ ਠੀਕ ਹੈ ਤਾਂ ਕਿਹੜੇ ਫਾਰਮੈਟ ਤੋਂ ਹੁਨੇ ਹੁਨੇ ਇਹਨਾਂ ਨੇ ਕੈਪਟਨਸੀ ਨੂੰ ਛੋੜਿਆ ਹੈਗਾ ਆ ਤਾਂ ਦੇਖੋ ਇਹ 7 ਸਾਲ ਤੋਂ ਇੰਡੀਅਨ ਨੈਸ਼ਨਲ ਕ੍ਰਿਕਟ ਟੀਮ ਦੇ ਟੈਸਟ ਕੈਪਟਨ ਸੀਗੇ ਠੀਕ ਹੈ ਔਰ ਇਹਨਾਂ ਨੇ ਹੁਣ ਇਹਨੂੰ ਛੋੜ ਦਿੱਤਾ ਹੈਗਾ ਆ ਪਹਿਲੀ ਵਾਰੀ ਇਹਨਾਂ ਨੇ 2014 ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਟੈਸਟ ਕ੍ਰਿਕਟ ਦੇ ਵਿੱਚ ਕਪਤਾਨੀ ਕੀਤੀ ਸੀ ਇੰਡੀਆ ਦੇ ਲਈ ਐਂਡ ਕੋਹਲੀ ਇਹਦੇ ਤੋਂ ਪਹਿਲਾਂ T20 ਕੈਪਟਨ ਵਜੋਂ ਵੀ ਕੁਇਟ ਕਰ ਚੁੱਕੇ ਨੇ ਔਰ ਅਗਰ ਤੁਸੀਂ 2021 ਦੀ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਹੋਏਗਾ ਇਸ ਵਾਰੀ ਪਹਿਲੀ ਵਾਰ ਖੇលਿਆ ਗਿਆ ICC ਵਰਲਡ ਟੈਸਟ ਚੈਂਪੀਅਨਸ਼ਿਪ ਰਾਈਟ ਔਰ ਇਹਦੇ ਵਿੱਚ ਨਾ ਕੈਪਟਨ ਜਿਹੜੇ ਹੈਗੇ ਸੀਗੇ ਵਿਰਾਟ ਕੋਹਲੀ ਇਹਨਾਂ ਦੇ ਅੰਡਰ ਹੀ ਸਾਡੀ ਟੀਮ ਚੈੱਕ ਇਨ ਨੰਬਰ ਦੇ ਉੱਪਰ ਆਈ ਸੀ ਯਾਨੀ ਕਿ ਫਰਸਟ ਰਨਰ ਅਪ ਰਹੇ ਸੀ ओके ரைਟ ਹੁਣ ਦੇਖੋ ਜੀ ਸਪੋਰਟਸ ਦੀਆਂ ਨਿਊਜ਼ ਤਾਂ ਪਹਿਲੀ ਨਿਊਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੋਗੀ ਐਨੂੰ ਅਚੀ ਤਰ੍ਹਾਂ ਸਮਝ ਲੈਣਾ ਓਕੇ ਤਾਂ ਦੇਖੋ 올 ਇੰਡੀਆ ਸਪੋਰਟਸ ਕਾਉਂਸਿਲ ਆਫ ਦਾ ਡੈਫ ਇਹਨਾਂ ਨੂੰ ਅਪਰੂਵਲ ਮਿਲ ਗਈ ਹੈ ਇੰਟਰਨੈਸ਼ਨਲ ਕਮੇਟੀ ਆਫ ਸਪੋਰਟਸ ਫॉर द ਡੈਫ ਵੱਲੋਂ ਕਿ ਇਹ ਕੀ ਕਰਨਗੇ ਪਹਿਲੀ ਵਾਰ ਵਰਲਡ ਦਾ ਡੈਫ T20 ਕ੍ਰਿਕਟ ਚੈਂਪੀਅਨਸ਼ਿਪ ਨੂੰ ਹੋਸਟ ਕਰਨਗੇ ਔਰ ਇਹਨੂੰ ਕੇਰਲਾ ਦੇ ਵਿੱਚ ਕਰਵਾਇਆ ਜਾਊਗਾ ਠੀਕ ਹੈ 10 ਜਨਵਰੀ ਤੋਂ ਲੈ ਕੇ ਔਰ 20th ਜਨਵਰੀ 2023 ਦੇ ਵਿੱਚ ਪਹਿਲਾਂ ਇਹਨੂੰ ਨਾ 2021 22 ਚ ਕਰਵਾਇਆ ਜਾਣਾ ਸੀਗਾ ਬਟ ਕਿਉਂਕਿ ਪੈਂਡੈਮਿਕ ਆ ਗਿਆ ਇਸ ਲਈ ਇਹਨੂੰ ਪੋਸਟਪੋਨ ਕੀਤਾ ਗਿਆ ਹੁਣ ਇਹ 2023 ਦੇ ਵਿੱਚ ਕੀਤਾ ਜਾਏਗਾ ਓਕੇ ਔਰ ਇਹਦੇ ਵਿੱਚ 7 ਦੇ ਅਪਰੋਕਸੀਮੇਟਲੀ ਬੋਲ ਰਿਹਾ ਹੈ ਕੰਟਰੀਜ਼ ਸ਼ਾਇਦ ਪਾਰਟਿਸਿਪੇਟ ਕਰਨ ਔਰ ਮੇਬੀ ਇਹਦੇ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਠੀਕ ਹੈ ਔਰ ਦੇਖੋ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਕੋਈ ਜੋ ਸਪੋਰਟਸ ਆਰਗੇਨਾਈਜੇਸ਼ਨ ਹੈ ਹੈਨਾ ਉਹ ਆਰਗੇਨਾਈਜ਼ ਕਰ ਰਹੀ ਹੈ ਪਹਿਲੀ ਵਾਰੀ ਕਿਸੇ ਚੀਜ਼ ਨੂੰ ਔਰ ਉਹ ਵੀ ਇੰਡੀਆ ਦੇ ਵਿੱਚ ਕੇਰਲ ਵਿੱਚ ਹੋ ਰਿਹਾ ਹੈ ਤਾਂ ਇਹ ਸਾਰੇ ਦੇ ਸਾਰੇ ਫੈਕਟ ਤੁਹਾਡੇ ਲਈ ਜੋ ਹੈ ਇੰਪੋਰਟੈਂਟ ਰਹਿਣਗੇ ਓਕੇ ਆਫਟਰ दैट ਨਿਊਜ਼ੀਲੈਂਡ ਦੇ ਆਜ਼ਾਦ ਪਟੇਲ ਨੇ ਆਈਸੀਸੀ ਪਲੇਅਰ ਆਫ ਦਾ ਮੰਥ ਦਾ ਖਿਤਾਬ ਜਿੱਤੇ ਹੈ ਡਿਸੰਬਰ ਮੰਥ ਦੇ ਲਈ 73 ਨੰਬਰ ਦੇ ਇੰਡੀਆ ਦੇ ਚੈਸ ਗ੍ਰੈਂਡਮਾਸਟਰ ਬਣ ਗਏ ਭਾਰਤ ਸੁ브ਰਮਨਿਅਮ ਥੈਨ ਜੂਲਨ ਗੋਸਵਾਮੀ ਨੂੰ लेजेंड लीग क्रिकेट ने अपना एम्बेसडर बनाया या फॉर ऑल विमेन मैच ऑफिशियल टीम ओके देन इंडियन अल्पाइन दे स्कीइंग एथलीट ने नाम है मोहम्मद आरिफ खान इन टारगेट ओलंपिक पोडियम स्कीम यानी कि टॉप स्कीम के अंडर हुने हुने सिलेक्ट किया गया और यह विंटर ओलंपिक इंडिया के ओके करेक्सट है जी कंट्री है ਜੋ ਪਹਿਲੀ ਫੋਰਨ ਕੰਟਰੀ ਬਣੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਪਹਿਲੀ ਬਣੀ ਹੈ ਫੋਰਨ ਕੰਟਰੀ ਜੋ ਇੰਡੀਆ ਤੋਂ ਬ੍ਰਹਮੋਸ ਕروز ਮਿਜ਼ਾਈਲ ਨੂੰ ਖਰੀਦੇਗੀ ਓਕੇ ਤਾਂ ਇਹ ਹੀ ਹੈਗੀ ਹੈ ਫਿਲੀਪਿਨਸ ਤਾਂ ਫਿਲੀਪਿਨਸ ਪਹਿਲੀ ਫੋਰਨ ਕੰਟਰੀ ਬਣੀ ਹੈ ਇਸ ਲਈ ਇੰਪੋਰਟੈਂਟ ਹੈ ਔਰ ਇਹ ਕੀ ਕਰ ਰਹੀ ਹੈ ਜੀ ਆਪਣੀ ਨੇਵੀ ਦੇ ਲਈ ਇੰਡੀਆ ਤੋਂ ਬ੍ਰਹਮੋਸ ਕروز ਮਿਜ਼ਾਈਲ ਨੂੰ ਪਰਚੇਸ ਕਰੇਗੀ ਐਦੇ ਨਾਲ ਫਿਰ ਆਬਵੀਅਸਲੀ ਤੁਹਾਨੂੰ ਪਤਾ ਹੈ ਇੰਡੀਆ ਨਾ ਡਿਫੈਂਸ ਦੇ ਵਿੱਚ ਮੈਨੂਫੈਕਚਰਿੰਗ ਦਾ ਹੱਬ ਬੰਨਾ ਚਾਹੁੰਦਾ ਹੈ ਓਕੇ ਐਂਡ ਐਟ ਪ੍ਰੈਸੈਂਟ ਸਾਡੇ ਇੰਡੀਆ ਦੇਆਂ ਅਲੱਗ-ਅਲੱਗ ਆਰਗੇਨਾਈਜੇਸ਼ਨਸ ਦੇ ਵੱਲੋਂ ਡਿਫੈਂਸ ਦੇ ਵਿੱਚ ਕਾਫੀ ਸਾਰੀ ਮੈਨੂਫੈਕਚਰਿੰਗ ਸਾਡੇ ਦੇਸ਼ ਦੇ ਅੰਦਰ ਹੀ ਕੀਤੀ ਜਾ ਰਹੀ ਹੈ ਹੈਨਾ ਤਾਂ ਹੁਣ ਅਗਰ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਪਰ ਅਸੀਂ ਡੀਲ ਕਰਦੇ ਹਾਂ ਹੈਨਾ ਤਾਂ ਇਸ ਦੇ ਨਾਲ ਸਾਡੇ ਡਿਫੈਂਸ ਮੈਨੂਫੈਕਚਰਿੰਗ ਸਿਸਟਮ ਨੂੰ ਕਾਫੀ ਜ਼ਿਆਦਾ ਬੂਸਟ ਮਿਲੇਗਾ ਔਰ ਐਸ ਪੂਰੀ ਡੀਲ ਦੀ ਕੋਸਟ 375 ਮਿਲੀਅਨ ਡਾਲਰ ਆਈ ਹੈ ਠੀਕ ਹੈ ਐਂਡ हूँ ब्रह्मोस एरो प्राइवेट लिमिटेड फिलिपिन मिजाइल सप्लाई करेगी फिलिपिन की फिलिपीन की कैपिटल है मनीला प्रेसीडेंट रहोड रिगो दंसी इतने रहेगी पीसो ओके okay? इंडिया ने सक्सैसफुल टेस्ट फायर किया ब्रह्मोस क्रूज मिसाइल ਨੂੰ then indian army ਨੇ ਆਪਣਾ ਇੱਕ ਕੁਆਂਟਮ ਲੈਬ ਨੂੰ ਸੈਟਅਪ ਕੀਤਾ ਇੰਦੋਰ ਐਮਪੀ ਦੇ ਵਿੱਚ ਔਰ ਇਸ ਦੇ ਨਾਲ indian army ਦੇ ਵਿੱਚ ਵੀ ਕ੍ਰਿਪਟੋਗ੍ਰਾਫੀ ਨੂੰ ਜੋ ਹੈ ਇਨਕਲੂਡ ਕੀਤਾ ਜਾਏਗਾ then ins ਖੁਕਰੀ ਨੂੰ ਡੀਕਮਿਸ਼ਨ ਕੀਤਾ ਗਿਆ ਔਰ ਇਸ ਨੇ ਟੋਟਲ 32 ਸਾਲ ਦੀ ਸਰਵਿਸ ਦਿੱਤੀ ਹੈ ਇੰਡੀਆ ਦੇ ਵਿੱਚ then indian army ਨੇ ਆਪਣਾ ਇੰਡੀਆ ਦੇ ਵਿੱਚ ਹੀ ਬਣਿਆ ਹੋਇਆ ਮੈਸੇਜਿੰਗ ਐਪ ਇਸ ਨੂੰ ਲਾਂਚ ਕੀਤਾ ਇਸ ਦਾ ਨਾਮ ਹੈ ਅਸੀਗਮਾ दैन इंडिया ने टेस्ट फायर किया अग्नि पी मिजाइल और इस अनाउंस किया और नाइन हंड्रड मिलियन डॉलर की हैल्प है जो उस कंट्री दिखती जाएगी अगैन मार्क माई वर्ड बहुत ही ज्यादा इंपॉर्टेंट रहेगा और इंटरनेशनल लैवल भी देखा जाए तो यह न्यूज बहुत ज्यादा धमाका मचा रही है ਜੋ ਸ਼੍ਰੀਲੰਕਾ ਹੈ ਨਾ ਇਹ ਐਸ ਨੇ ਬਹੁਤ ਹੀ ਵੱਡੇ ਲੈਵਲ ਦੇ ਉੱਪਰ 4x ਕ੍ਰਾਈਸਿਸ ਦੇ ਵਿੱਚ ਫਸਿਆ ਹੋਇਆ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ 4x ਰਿਜ਼ਰਵ ਕੀ ਹੁੰਦਾ ਰਾਈਟ ਦੇਖੋ 4x ਰਿਜ਼ਰਵ ਦੇ ਵਿੱਚ ਉਹ ਵਾਲੀਆਂ ਸਾਰੀਆਂ ਕਰੰਸੀਸ ਐਂਡ ਉਹ ਵਾਲੀਆਂ ਸਾਰੀਆਂ ਮੁਦਰਾਵਾਂ ਸ਼ਾਮਿਲ ਹੁੰਦੀਆਂ ਜੋ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਇੰਪੋਰਟੈਂਟ ਐਕਸਪੋਰਟ ਦੇ ਟਾਈਮ ਦੇ ਉੱਪਰ ਯੂਜ਼ ਹੋ ਸਕਣ ਜਿਸ ਤਰ੍ਹਾਂ ਕਿ ਡਾਲਰ ਹੈ ਠੀਕ ਹੈ ਸਾਰੇ ਦੇਸ਼ਾਂ ਦੇ ਵਿੱਚ ਚੱਲਦਾ ਹੈ 골ਡ ਹੈ ਇਹ ਵੀ ਸਾਰੇ ਦੇਸ਼ਾਂ ਵਿੱਚ ਚੱਲਦਾ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਕੋਈ ਵੀ ਕੰਟਰੀ ਆਪਣੇ 4x ਰਿਜ਼ਰਵ ਦੇ ਵਿੱਚ ਰੱਖਦੀ ਹੈ ਤਾਂ ਕਿ ਜਦੋਂ ਵੀ ਉਹ ਕੋਈ ਐਕਸਪੋਰਟ ਕਰੇ ਜਾਂ ਇੰਪੋਰਟ ਕਰੇ ਠੀਕ ਹੈ ਤਾਂ ਲੈਣ ਦੇਣ ਕਰ ਸਕੇ ਔਰ 4x ਰਿਜ਼ਰਵ ਦੇ ਵਿੱਚ ਹੀ ਹੁੰਦਾ ਹੈ ਠੀਕ ਹੈ ਬਟ ਐਟ ਪ੍ਰੈਸੈਂਟ ਸ਼੍ਰੀਲੰਕਾ ਜੋ ਹੈ ਇਸ ਦਾ 4x ਰਿਜ਼ਰਵ ਬਹੁਤ ਹੀ ਜ਼ਿਆਦਾ ਡਾਊਨ ਦੇ ਵਿੱਚ ਚਲਾ ਗਿਆ ਹੈਗਾ ਔਰ ਈਵਨ ਇੰਨਾ ਤੇ ਇੰਨੀ ਬੁਰੀ ਹਾਲਤ ਹੋ ਗਈ ਹੈ ਕਿ ਜਿੰਨੀਆਂ ਵੀ ਜ਼ਰੂਰੀ ਵਸਤਾਂ ਹੁੰਦੀਆਂ ਬੇਸਿਕ ਨੀਡਸ ਵਾਲੀਆਂ ਉਹਨਾਂ ਨੂੰ ਇੰਪੋਰਟ ਕਰਨ ਦੇ ਵਾਸਤੇ ਵੀ ਹੁਣ ਇਹ ਪੇ ਕਰਨ ਦੇ ਕਾਬਿਲ ਨਹੀਂ ਰਹਿ ਗਏ ਹੈਗੇ ਆ ਔਰ ਸ਼੍ਰੀਲੰਕਾ ਦੇ ਵਿੱਚ ਇਹ ਹਾਲ ਹੋਇਆ ਪਿਆ ਵੈ ਕਿ ਇੱਥੇ ਘੰਟਿਆਂ ਤੱਕ ਪਾਵਰ ਕੱਟ ਲਗਾਏ ਜਾਂਦੇ ਆ ਕਿਉਂਕਿ ਇਹਨਾਂ ਦੇ ਕੋਲ ਟਰਬਾਈਨਸ ਨੂੰ ਚਲਾਉਣ ਵਾਸਤੇ ਫਿਊਲ ਇੰਪੋਰਟ ਕਰਨ ਵਾਸਤੇ ਵੀ ਫੋਰੈਕਸ ਰਿਜ਼ਰਵ ਨਹੀਂ ਬਚਿਆ ਸਮਝ ਰਹੇ ਹੋ ਕਿ ਕਿੰਨਾ ਜ਼ਿਆਦਾ ਫਿਰ ਇਹ ਇਕਨੋਮਿਕ ਲੈਵਲ ਦੇ ਉੱਪਰ ਕ੍ਰਾਈਸਿਸ ਦੇ ਵਿੱਚ ਹੈ ਗਏ ਆ ਤੇ ਇਸ ਲਈ ਹੁਣ ਇੰਡੀਆ ਇੱਕ ਅੱਛੇ ਪੜੋਸੀ ਹੁੰਦਾ ਫਰਜ਼ ਨਿਭਾ ਰਿਹਾ ਔਰ ਇਹਨਾਂ ਨੇ ਅਨਾਉਂਸ ਕੀਤਾ ਹੈ ਕਿ ਸ਼੍ਰੀਲੰਕਾ ਦੇ ਲਈ ਇਹ 900 ਮਿਲੀਅਨ ਡਾਲਰ ਦੇ ਨਾਲ ਹੈਲਪ ਦੇਣਗੇ ਠੀਕ ਹੈ ਔਰ ਇਹ ਜਿਹੜੀ ਹੈਲਪ ਹੈ ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਦਿੱਤੀ ਜਾਏਗੀ ਓਕੇ ਹੁਣ ਅਸੀਂ ਗੱਲ ਕੀਤੀ ਹੈ শ্রীলঙ্কা ਦੀ ਇਸ ਦੀ ਕੈਪੀਟਲ ਹੋ ਜਾਏਗੀ ਸ੍ਰੀ ਜਯਵਰਧਨਾ ਪੁਰਕੋਟੇ ਐਂਡ ਪੀਐਮ ਰਣਗੇ ਮਹਿੰਦਾ ਰਾਜਪੱਖ사 ਔਰ ਪ੍ਰੈਸੀਡੈਂਟ ਇਹਨਾਂ ਦੇ ਹੀ ਬ੍ਰਦਰ ਨੇ ਗੋਟਾ ਬਾਇਆ ਰਾਜਪੱਖ사 ਓਕੇ ਔਰ ਕਰੰਸੀ ਇੱਥੇ শ্রীলੰਕਨ ਰੁਪਈ ਚੱਲਦੀ ਹੈ ਓਕੇ ਰਾਈਟ ਨੈਕਸਟ ਕੁਐਸਚਨ ਦੇਖਦੇ ਹਾਂ ਇੰਡੀਅਨ ਆਰਮੀ ਡੇ ਹਾਲ ਹੀ ਦੇ ਵਿੱਚ ਮਨਾਇਆ ਗਿਆ ਇਹ ਕਿਸ ਦਿਨ ਮਨਾਇਆ ਗਿਆ ਸੀਗਾ ਤਾਂ ਦੇਖੋ ਇੰਡੀਅਨ ਦੀ ਜੋ ਆਰਮੀ ਹੈ ਇਹ ਹਰ ਸਾਲ 15 ਜਨਵਰੀ ਨੂੰ ਇੰਡੀਅਨ ਆਰਮੀ ਡੇ ਸੈਲੀਬ੍ਰੇਟ ਕਰਦੀ ਹੈ ਔਰ ਇਸ ਵਾਰ 74th ਨੰਬਰ ਦਾ ਇਹ ਡੇ ਮਨਾਇਆ ਗਿਆ ਸੀਗਾ ਔਰ ਐਸੇ ਦਿਨ ਨੂੰ ਹੀ ਕਿਉਂ ਮਨਾਉਂਦੇ ਆ ਇਹ ਵੀ ਤੁਸੀਂ ਯਾਦ ਰੱਖਣਾ 1949 ਦੇ ਵਿੱਚ ਜਨਰਲ ਕੇ ਐਮ ਕਰੀਆਪਾ ਇਹਨਾਂ ਨੇ ਬ੍ਰਿਟਿਸ਼ ਕਮਾਂਡਰ ਜੋ ਕਿ ਇੰਡੀਆ ਦੇ ਲਾਸਟ ਬ੍ਰਿਟਿਸ਼ ਕਮਾਂਡਰ ਰਹੇ ਸੀਗੇ ਮਿਸਟਰ ਐਫ ਆਰ ਆਰ ਬੁਚਰ ਇਹਨਾਂ ਦੇ ਕੋਲੋਂ ਇੰਡੀਅਨ ਆਰਮੀ ਦੀ ਕਮਾਂਡ ਸੰਭਾਲੀ ਸੀਗੀ ਠੀਕ ਹੈ ਇਸ ਤਰ੍ਹਾਂ ਫਿਰ ਕਰੀ ਅੱਪਾ ਇੰਡੀਅਨ ਆਰਮੀ ਦੇ ਆਫਟਰ ਇੰਡੀਪੈਂਡੈਂਸ ਯਾਨੀ ਕਿ ਆਜ਼ਾਦੀ ਤੋਂ ਬਾਅਦ ਪਹਿਲੇ ਕਮਾਂਡਰ ਇਨ ਚੀਫ ਬਣੇ ਸੀਗੇ ਔਰ ਉਹਨਾਂ ਨੇ ਐਸੀ ਚੀਜ਼ ਨੂੰ ਹੀ ਯਾਦਗਾਰ ਬਣਾਉਣ ਦੇ ਵਾਸਤੇ ਇੰਡੀਅਨ ਆਰਮੀ ਡੇ 15 ਜਨੂਅਰੀ ਨੂੰ ਸੈਲੀਬ੍ਰੇਟ ਕਰਦੇ ਨੇ ਓਕੇ ਇੰਡੀਅਨ ਆਰਮੀ ਨੂੰ 26 ਜਨੂਅਰੀ 1950 ਦੇ ਵਿੱਚ ਫਾਊਂਡ ਕੀਤਾ ਗਿਆ ਹੈੱਡ ਕੁਆਟਰ ਨਿਊ ਦਿੱਲੀ ਦੇ ਵਿੱਚ ਹੈ ਮੋਟੋ ਹੈ ਸਰਵਿਸ ਬਿਫੋਰ self ਕਮਾਂਡਰ ਇਨ ਚੀਫ ਰਹੇਗੇ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਐਂਡ चीफ ऑफ डिफेंस स्टाफ एट प्रेजेंट वैकेंट है ਤੁਹਾਨੂੰ ਸਭ ਨੂੰ ਹੀ ਪਤਾ ਹੈ ਹੋਣਾ ਆ ਕਿ ਮਿਸਟਰ ਬਿਪਿਨ ਰਾਵਤ ਜੋ ਕਿ ਇੰਡੀਆ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਣੇ ਸੀ ਇਹਨਾਂ ਦੀ ਹਾਲ ਹੀ ਦੇ ਵਿੱਚ ਇੱਕ ਪਲੇਨ ਕ੍ਰੈਸ਼ ਦੇ ਵਿੱਚ ਡੈਥ ਹੋ ਗਈ ਸੀ ਉਸ ਤੋਂ ਬਾਅਦ ਹਾਲੇ ਤੱਕ ਇਹ ਸੀਟ ਵੈਕੈਂਟ ਹੈ ਓਕੇ ਔਰ ਆਰਮੀ ਸਟਾਫ ਦੇ ਚੀਫ ਹੈਗੇ ਨੇ ਐਟ ਪ੍ਰੈਜ਼ੈਂਟ 28th ਨੰਬਰ ਦੇ ਜਨਰਲ ਮਨੋਜ ਮੁਕੁਤ ਨਰਵਾਨੇ ਓਕੇ ਹੁਣ ਦੇਖ ਰਿਹਾ ਟੌਪ 5 ਡੇਸ ਨੂੰ ਆਰਮਡ ਫੋਰਸਸ ਵੈਟਰਨ ਡੇ 14th ਜਨਵਰੀ ਨੂੰ ਸੈਲੀਬ੍ਰੇਟ ਹੋਇਆ ਨੈਸ਼ਨਲ ਯੂਥ ਡੇ 12th ਜਨਵਰੀ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਡੇ 11th ਜਨਵਰੀ ਵਰਲਡ ਹਿੰਦੀ ਡੇ 10th ਜਨਵਰੀ ਪ੍ਰਵਾਸੀ ਭਾਰਤੀ ਦਿਵਸ ਸੈਲੀਬ੍ਰੇਟਿਡ ਔਨ 9th ਆਫ ਜਨਵਰੀ ਹਾਂਜੀ ਅੱਗੇ ਦੇਖ ਰਿਹਾ ਨੈਕਸਟ ਕੁਐਸਚਨ ਕਿਨਾਂ ਨੇ 17ਵੇਂ ਨੰਬਰ ਦੀ ਇੰਡੀਅਨ ਸਟੇਟ ਆਫ ਫੋਰੈਸਟ ਰਿਪੋਰਟ 2021 ਨੂੰ ਹੋਸਟ ਕੀਤਾ ਤਾਂ ਅਗਰ ਤੁਸੀਂ ਸਪੈਸੀਫਿਕਲੀ ਪੰਜਾਬ ਦੀ ਗੱਲ ਕਰੋਗੇ ਤਾਂ ਪੰਜਾਬ ਦੇ ਵਿੱਚ ਇਹ ਫੇਵਰਿਟ ਕੁਐਸ਼ਨਸ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਠੀਕ ਹੈ ਦੂਸਰੀ ਗੱਲ ਯੂਪੀਐਸਸੀ ਦੀ ਗੱਲ ਕਰੋਗੇ ਤਾਂ ਯੂਪੀਐਸਸੀ ਦੇ ਵਿੱਚ ਹਰ ਵਾਰ ਆਲਮੋਸਟ ਇਹ ਜਿਹੜੀ ਫੋਰੈਸਟ ਰਿਪੋਰਟ ਹੈ ਇਸ ਨੂੰ ਜ਼ਰੂਰ ਹੀ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਇਹ ਵਾਲਾ ਕੁਐਸ਼ਨ ਜੋ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੇਗਾ ਐਂਡ ਦੀ ਅਹਿਮੀਅਤ ਸਮਝ ਕੇ ਇੱਕ ਇੱਕ ਚੀਜ਼ ਜੋ ਮੈਂ ਤੁਹਾਨੂੰ ਐਕਸਟਰਾ ਵੀ ਦੱਸੂਗੀ ਨਾ ਉਹ ਵੀ ਸਾਰੀ ਤੁਸੀਂ ਇਹਦੇ ਵਿੱਚ ਜੋ ਹੈ ਨੋਟਿਸ ਕਰੋਗੇ ਓਕੇ ਰਾਈਟ ਦਾ ਦੇਸ਼ ਦੇ ਜਿਹੜੇ ਸਾਡੇ এনवायरमेंट मिनिस्टर ਹੈਗੇ ਨੇ ਮਿਸਟਰ ਭੁਪੇਂਦਰ ਯਾਧਵ ਇਹਨਾਂ ਨੇ ਹੀ ਹਾਲ ਹੀ ਦੇ ਵਿੱਚ ਇਹ ਵਾਲੀ ਰਿਪੋਰਟ ਨੂੰ ਲਾਂਚ ਕੀਤਾ ਹੈ ਠੀਕ ਹੈ ਔਰ ਦੇਖੋ ਨਾਮ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੋਵੇਗਾ ਫੋਰੈਸਟ ਰਿਪੋਰਟ ਯਾਨੀ ਕਿ ਇਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਸਾਡੇ ਪੂਰੇ ਦੇਸ਼ ਦੇ ਵਿੱਚ ਜੰਗਲਾਤ ਦਾ ਏਰੀਆ ਕਿੰਨਾ ਹੈ ਰੁੱਖਾਂ ਦਾ ਏਰੀਆ ਕਿੰਨਾ ਹੈ ਠੀਕ ਹੈ ਔਰ ਇਹਨੂੰ 1987 ਤੋਂ ਹੀ ਫੋਰੈਸਟ ਸਰਵੇ ਆਫ ਇੰਡੀਆ ਦੇ ਵੱਲੋਂ ਹਰ 2 ਸਾਲ ਬਾਅਦ ਰਿਲੀਜ਼ ਕੀਤਾ ਜਾਂਦਾ ਹੈ ਇਹ ਵੀ ਯਾਦ ਰੱਖਣਾ ਕਿ ਐਨੂਅਲ ਰਿਪੋਰਟ ਨਹੀਂ ਹੈ ਠੀਕ ਹੈ 2 ਸਾਲ ਬਾਅਦ ਰਿਲੀਜ਼ ਹੁੰਦੀ ਹੈ ਓਕੇ ਔਰ ਇਹਦਾ ਏਮ ਹੁੰਦਾ ਹੈ ਇੰਡੀਆ ਦੇ ਫੋਰੈਸਟ ਰਿਸੋਰਸ ਨੂੰ ਮੈਜ਼ਰ ਕਰਨਾ ਐਂਡ 2019 ਦੇ ਮੁਕਾਬਲੇ ਹੁਣ ਜਿਹੜੀ ਐਸ ਵਾਰੀ ਰਿਪੋਰਟ ਆਈ ਹੈ 2021 ਦੀ ਇਹ ਸਾਡੇ ਵਾਸਤੇ ਕੁਝ ਨਾ ਕੁਝ ਚੰਗੀ ਖਬਰ ਹੀ ਲੈ ਕੇ ਆਈ ਹੈ ਠੀਕ ਹੈ ਐਸ ਵਾਰੀ ਸਾਡਾ ਫੋਰੈਸਟ ਐਂਡ ਟਰੀ ਕਵਰ 2019 ਦੇ ਮੁਕਾਬਲੇ ਕਿੰਨਾ ਸਕੁਅਰ ਕਿਲੋਮੀਟਰ ਵਧਿਆ ਐਂਡ ਦੇ ਵਿੱਚ ਜਿੰਨੀਆਂ ਫਿਗਰਜ਼ ਆਣ ਗਿਆ ਬਹੁਤ ਇੰਪੋਰਟੈਂਟ ਟ੍ਰੈਂਡ ਗਿਆ ਠੀਕ ਹੈ ਤਾ 2261 ਸਕੁਅਰ ਕਿਲੋਮੀਟਰ ਇਸ ਦੇ ਵਿੱਚ ਵਾਧਾ ਹੋਇਆ ਹੈ ਔਰ ਜਿਸ ਫੋਰੈਸਟ ਕਵਰ ਦੀ ਗੱਲ ਕਰਦੇ ਆਂ ਤਾਂ ਫੋਰੈਸਟ ਕਵਰ ਰਿਹਾ ਹੈ 1540 ਸਕੁਅਰ ਕਿਲੋਮੀਟਰ ਦੇ ਵਾਧੇ ਦੇ ਨਾਲ ਔਰ ਟਰੀ ਕਵਰ 721 ਸਕੁਅਰ ਕਿਲੋਮੀਟਰ ਦੇ ਨਾਲ ਇਨਕਰੀਜ਼ ਹੋਇਆ ਹੈ ਓਕੇ ਰਾਈਟ ਤਾਂ ਸਾਡਾ ਹੁਣ ਟੋਟਲ ਫੋਰੈਸਟ ਕਵਰ ਕਿੰਨਾ ਰਹਿ ਗਿਆ ਇਹ ਵੀ ਬਹੁਤ 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 ਇੰਪੋਰਟੈਂਟ ਰਹੂਗਾ ਓਕੇ ਤਾਂ ਇਹ ਹੈਗਾ ਆ 8 ਲੱਖ 9000 537 ठीक है बहुत इंपॉर्टेंट रहेगी ये फिगर अच्छी तरह ये नो याद रख लेना ओके 89537 ओके ये हैगी है ਸਾਡੀ है स्क्वेयर किलोमीटर ਦੇ ਵਿੱਚ ओके हां जी ਤਾਂ ਇਸ ਤੋਂ ਬਾਅਦ ਅਗਰ ਤੁਸੀਂ ਇੰਡੀਆ ਦੀ ਗੱਲ ਕਰਦੇ ਹੋ ਤਾਂ ਜਿੰਨਾ ਵੀ ਸਾਡਾ ਟੋਟਲ ਜੀਓਗ੍ਰਾਫੀਕਲ ਏਰੀਆ ਹੈ ਠੀਕ ਹੈ ਇਸ ਦੇ ਵਿੱਚੋਂ 24.62% ਇੱਥੇ ਵੀ ਗਲਤੀ ਨਹੀਂ ਕਰਨੀ ਪੁਆਇੰਟਸ ਤੋਂ ਬਾਅਦ ਵੀ ਠੀਕ ਹੈ ਐਨਾ ਏਰੀਆ ਸਾਡਾ ਫੋਰੈਸਟ ਨੇ ਹੁਣ ਕਵਰ ਕਰ ਲਿਆ ਆ ਠੀਕ ਹੈ ਔਰ ਅਗਰ ਤੁਸੀਂ ਟੋਟਲ ਵੈਸੀ ਏਰੀਆ ਦੇਖੋਗੇ ਪਰਸੈਂਟੇਜ ਦੇ ਚ ਨਹੀਂ ਅਦਰਵਾਈਜ਼ ਤਾਂ 80.9 ਮਿਲੀਅਨ ਹੈਕਟੇਰ ਦਾ ਏਰੀਆ ਜੋ ਹੈ ਇੰਡੀਆ ਦੇ ਵਿੱਚ ਫੋਰੈਸਟ ਕਵਰ ਦੇ ਵਿੱਚ ਆ ਚੁੱਕਿਆ ਠੀਕ ਹੈ ਤਾਂ ਹੁਣ ਅੱਗੇ ਅਸੀਂ ਇਹ ਵਾਲੀਆਂ ਡਿਸਕਸ ਕਰ ਲੈਣੇ ਆ ਤਿੰਨੋਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੈਨਗੀਆਂ ਤਾਂ ਤਿੰਨੋਂ categories ਦੇਖੋ ਟੌਪ 5 ਸਟੇਟਸ ਜਿਨ੍ਹਾਂ ਨੇ ਇਸ ਵਾਰੀ ਸਭ ਤੋਂ ਜ਼ਿਆਦਾ ਇਨਕਰੀਜ਼ ਕੀਤਾ ਤਾਂ ਇਹ ਦੇਖ ਲੈਣਾ ਕਿ ਕੁਐਸਚਨ ਚ ਪੁੱਛਿਆ ਕੀ ਗਿਆ ਠੀਕ ਹੈ ਤਾਂ ਇਹ ਆਂਧਰਾ ਪ੍ਰਦੇਸ਼ ਤੇਲੰਗਾਨਾ ਓਡੀਸ਼ਾ ਪਹਿਲੀਆਂ ਤਿੰਨ ਤਾਂ ਤੁਹਾਨੂੰ ਯਾਦ ਰਹਿਣੀਆਂ ਹੀ ਚਾਹੀਦੀਆਂ ਠੀਕ ਹੈ ਇਸ ਤੋਂ ਬਾਅਦ ਏਰੀਆ ਵਾਈਜ਼ ਅਗਰ ਦੇਖੋਗੇ ਤਾਂ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਫੋਰੈਸਟ ਕਵਰ ਰੱਖਦਾ ਹੈ ਫਿਰ ਅਰੁਣਾਚਲ ਪ੍ਰਦੇਸ਼ ਆਫਟਰ ਥੈਟ ਛੱਤੀਸਗੜ੍ਹ ਓਕੇ ਦੈਨ ਟੋਟਲ ਏਰੀਆ ਦੇ ਵਿੱਚ ਪਰਸੈਂਟੇਜ ਸਭ ਤੋਂ ਜ਼ਿਆਦਾ ਕਿੰਦੀ ਹੈ ਤਾਂ ਮਿਜ਼ੋਰਮ ਪਹਿਲੇ ਨੰਬਰ ਤੇ ਫਿਰ ਅਰੁਣਾਚਲ ਪ੍ਰਦੇਸ਼ ਐਂਡ ਆਫਟਰ ਥੈਟ ਮੇਘਾਲਿਆ ਠੀਕ ਹੈ ਤਾਂ ਇਹ ਦੇਖ ਲੈਣਾ ਤੁਹਾਡੇ ਕੋਲ ਉੱਥੇ ਪੁੱਛਿਆ ਕੀ ਗਿਆ ओके ਇਸ ਤੋਂ ਬਾਅਦ ਨਾ ਮੈਨਗਰੂਵ ਜਿਹੜੇ ਫੋਰੈਸਟ ਹੁੰਦੇ ਆ ਉਹਨਾਂ ਦੇ ਵੀ ਰਿਪੋਰਟ ਆਈ ਸੀ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ ਐਸ ਰਿਪੋਰਟ ਦੇ ਵਿੱਚ ਟੌਪ 3 ਕਿਹੜੀਆਂ ਕਿੜੀਆਂ ਸਟੇਟਸ ਰਹੀਆਂ ਓਕੇ ਹਾਂਜੀ ਨਾਇੰਥ ਕੁਐਸਚਨ ਹੈ ਅੱਛਾ ਕੁਐਸਚਨ ਤਾਂ ਹੋ ਗਿਆ ਹੁਣ ਆਪਾਂ ਦੇਖ ਲੈਨੇ ਆ ਟੌਪ 5 ਰੈਂਕਸ ਨੂੰ ਤਾਂ ਹੈਂਡਲਿ ਪਾਸਪੋਰਟ ਇੰਡੈਕਸ 2022 ਦੀ ਜਿਹੜੀ ਪਹਿਲੇ ਕੁਆਟਰ ਦੀ ਰਿਪੋਰਟ ਆਈ ਹੈ ਉਸਨੂੰ ਵੀ ਦੁਬਾਰਾ ਤੋਂ ਜਾਪਾਨ ਐਂਡ ਸਿੰਗਾਪੁਰ ਨੇ ਜੋ ਹੈ ਟੌਪ ਕੀਤਾ ਔਰ ਇੰਡੀਆ ਦਾ ਰੈਂਕ ਇਸ ਵਾਰ ਰਿਹਾ 83 ਠੀਕ ਹੈ ਆਫਟਰ ਥੈਟ ਮਹਾਰਾਸ਼ਟਰਾ ਨੇ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਨੂੰ ਟੌਪ ਕੀਤਾ ਯੂਪੀ ਨੇ ਇਲੈਕਟ੍ਰਿਕ ਵਹੀਕਲਸ ਨੂੰ ਰਜਿਸਟਰ ਕਰਵਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਦਿੱਤੀਆਂ ਆ ਮਹਾਰਾਸ਼ਟਰਾ ਨੇ ਇੰਡੀਆ ਸਕਿੱਲ ਰਿਪੋਰਟ 2022 ਨੂੰ ਟੌਪ ਕੀਤਾ ਆਂਧਰਾ ਪ੍ਰਦੇਸ਼ ਨੇ ਆਈਪੀਐਫ ਸਮਾਰਟ ਪਾਲਿਸਿੰਗ ਇੰਡੈਕਸ 2021 ਨੂੰ ਟੌਪ ਕਰ ਲਿਆ ਆ ਲਾਸਟ ਕੁਐਸਚਨ ਰਹੇਗਾ ਕਿਹੜੀ ਜਗ੍ਹਾ ਦੇ ਉੱਪਰ ਕੋਵਿਡ ਦਾ ਇੱਕ ਨਵਾਂ ਵੇਰੀਐਂਟ ਹੈ ਜੋ ਕਿ ਪਾਇਆ ਗਿਆ ਹੈ ਇਸ ਵੇਰੀਐਂਟ ਦਾ ਨਾਮ ਹੈਗਾ ਆ ਡੈਲਟਾ ਕਰੋਨ ਓਕੇ ਤਾਂ ਇਸ ਨੂੰ ਜੋ ਹੈ ਸਾਈਪ੍ਰਸ ਨਾਮ ਦੀ ਕੰਟਰੀ ਦੇ ਵਿੱਚ ਜਗ੍ਹਾ ਦੇ ਵਿੱਚ ਪਾਇਆ ਗਿਆ ਹੈ ਠੀਕ ਹੈ ਔਰ ਐਸੇ ਨਾਲ ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ ਕਿ ਦੇਖੋ ਐਂ ਦਾ ਵੇਰੀਐਂਟ ਜਿਹੜਾ ਆਇਆ ਆ ਇਹ ਬੋਲਿਆ ਜਾ ਰਿਹਾ ਹੈ ਕਿ ਜਿਹੜਾ ਸਾਡੇ ਇੰਡੀਆ ਦਾ ਡੈਲਟਾ ਵੇਰੀਐਂਟ ਹੈ ਨਾ ਇਸ ਦੇ ਨਾਲ ਹੀ ਐਂ ਦੇ ਜੈਨੇਟਿਕ ਬਿਲਕੁਲ ਸਿਮਿਲਰ ਲੱਗ ਰਹੇ ਹੈਗੇ ਨੇ ਔਰ ਐਸ ਵੇਰੀਐਂਟ ਦੇ ਨਾਲ ਇੱਥੇ ਦੇ 25% ਹੈ ਜੋ ਕਿ ਆਲਰੇਡੀ ਇਹਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਠੀਕ ਹੈ ਹੁਣ ਅਸੀਂ ਇੱਥੇ ਗੱਲ ਕਰ ਰਹੇ ਹਾਂ ਸਾਈਪਰਸ ਦੀ ਰਾਈਟ ਤਾਂ ਜੋ ਸਾਈਪਰਸ ਹੈ ਇਸ ਦੀ ਕੰਟਰੀ ਸੌਰੀ ਕੰਟਰੀ ਕਹ ਰਹੀਆਂ ਇਸ ਦੀ ਕੈਪੀਟਲ ਰਹੇਗੀ ਨਿਕੋਸਿਆ ਐਂਡ ਪ੍ਰੈਜ਼ੀਡੈਂਟ ਹੈਗੇ ਆ ਨਿਕੋਸ ਅਨਾਸਟੇਜ਼ੀਅਟਸ ਠੀਕ ਹੈ ਔਰ ਦੇਖੋ ਨਿਕੋਸ ਇੱਥੇ ਵੀ ਆ ਰਿਹਾ ਇਹਨਾਂ ਦੇ ਕੈਪੀਟਲ 'ਚ ਵੀ ਔਰ ਇਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਮ 'ਚ ਵੀ ਆ ਰਿਹਾ ਠੀਕ ਹੈ ਤਾਂ ਤੁਸੀਂ ਨਿਕੋਸ ਨੂੰ ਹੀ ਫਿਰ ਸਾਈਪਰਸ ਦੇ ਨਾਲ ਯਾਦ ਰੱਖ ਸਕਦੇ ਹੋ ਅੱਥੀ ਦੀ ਕਰੰਸੀ ਹੈ ਯੂਰੋ ਔਰ ਇੱਥੇ ਗ੍ਰੀਕ ਐਂਡ ਟਰਕਿਸ਼ ਅਫੀਸ਼ੀਅਲ ਲੈਂਗੁਏਜ ਪੁਲੇ ਜਾਂਦੀਆਂ ਕੰਟੀਨੈਂਟ ਰਹੇਗਾ ਇਸੇ ਦਾ ਯੂਰਪ ਓਕੇ ਐਂਡ ਇਹ ਇੱਕ ਆਈਲੈਂਡ ਕੰਟਰੀ ਹੈਗੀ ਹੈ ਜਿਸਦੀ ਲੋਕੇਸ਼ਨ ਤੁਹਾਨੂੰ ਈਸਟਰਨ ਮੈਡੀਟੇਰੀਨियन ਸੀ ਦੇ ਵਿੱਚ ਮਿਲੇਗੀ ਐਂਡ ਅਗਰ ਤੁਸੀਂ ਗੱਲ ਕਰੋਗੇ ਮੈਡੀਟੇਰੀਨियन ਦੇ ਵਿੱਚ ਹਨਾ ਤਾਂ ਇੱਥੇ 3ਰਡ ਨੰਬਰ ਦੇ ਉੱਪਰ ਮੋਸਟ ਪਪੂਲਰ ਐਂਡ 3ਰਡ ਲਾਰਜੇਸਟ ਆਈਲੈਂਡ ਰਹੇਗਾ ਓਕੇ ਹਾਂਜੀ ਤਾਂ ਇੱਥੇ ਖਤਮ ਹੋ ਗਏ ਸਾਡੇ 15 16 17 ਜਨਵਰੀ ਦੇ ਕਰੰਟ ਅਫੇਅਰਸ ਐਂਡ ਲਾਸਟ 2 অর 3 ਡੇਸ ਤੋਂ ਕੰਟੀਨਿਊਸਲੀ ਤੁਹਾਨੂੰ ਕੁਝ ਲਾਈਵ ਸੈਸ਼ਨਸ ਮਿਲ ਰਹੇ ਆ ਜਿਸ ਦੇ ਵਿੱਚ ਪੋਲਿਟੀ ਦੇ ਪਾਰਲੀਮੈਂਟ ਨੂੰ ਕਵਰ ਕੀਤਾ ਗਿਆ ਸੀਗਾ ਐਂਡ ਕੱਲ ਜੋ ਤੁਹਾਨੂੰ ਮਿਲਿਆ ਸੀ ਨਾ ਪੰਜਾਬੀ ਦਾ ਲੈਕਚਰ ਇਸ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਕਵਰ ਕੀਤਾ ਸੀਗਾ ਅਪਰੋਕਸੀਮੇਟਲੀ 70 ਦੇ ਕਰੀਬ ਐਮਸੀਕਿਊ ਸੀ ਜਿਨ੍ਹਾਂ ਨੂੰ ਡਿਸਕਸ ਕੀਤਾ ਗਿਆ ਵਿਦ ਡਿਟੇਲ ਓਕੇ ਤੇ ਜਿਹੜੇ ਵੀ ਸਟੂਡੈਂਟ ਇਹਨਾਂ ਦਿਨਾਂ ਦੇ ਵਿੱਚ ਯੂਜੀਸੀ ਦੀ ਤਿਆਰੀ ਕਰਦੇ ਪਿਆ ਲੈਕਚਰਰ ਕੈਡਰ ਦੀ ਤਿਆਰੀ ਕਰਦੇ ਪਿਆ ਜਾਂ ਫਿਰ ਜਿਹੜੇ ਮਾਸਟਰ ਕੇਡਰ ਦੀ ਤਿਆਰੀ ਕਰਦੇ ਪਿਆ ਸਾਰਿਆਂ ਦੇ ਲਈ ਹੀ ਪਾਈ ਵੀਰ ਸਿੰਘ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਤੁਹਾਨੂੰ ਪਤਾ ਹੈ ਤੁਹਾਡੇ ਸਿਲੇਬਸ ਦੇ ਵਿੱਚ ਸਪੈਸ਼ਲੀ ਮੈਂਸ਼ਨ ਵੀ ਹੈ ਹੈਨਾ ਇਸ ਤੋਂ ਬਿਨਾ ਅਗਰ ਤੁਸੀਂ ਲਾਸਟ ਈਅਰ ਦੀ ਗੱਲ ਕਰੋਗੇ ਤਾਂ ਪੀਪੀਐਸਸੀ ਨੇ ਪ੍ਰਿੰਸੀਪਲ ਦੇ ਐਗਜ਼ਾਮ ਦੇ ਵਿੱਚ ਵੀ ਸਾਹਿਦ ਦੇ ਵਿੱਚੋਂ ਕੁਐਸਚਨ ਪੁੱਛਿਆ ਸੀਗਾ ਤਾਂ ਇਸ ਲਈ ਕਿਉਂਕਿ ਦੇਖੋ ਤੁਹਾਡੇ ਉੱਤੇ ਪੰਜਾਬੀ ਐਜ਼ ਸਿਲੇਬਸ ਮੈਂਸ਼ਨ ਹੈ ਇਸ ਲਈ ਤੁਸੀਂ ਇਹਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਇਹ ਵਾਲਾ ਸੈਕਸ਼ਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹੂਗਾ ਐਂਡ ਇੰਟਰਸਟਿੰਗ ਵੀ ਦਿਨਾਲ ਪੜਾਇਆ ਮੈਂ ਓਕੇ ਜੇ ਜਦੋਂ ਫਿਊਚਰ ਦੇ ਵਿੱਚ ਜਿੰਨੇ ਵੀ ਲਾਈਵ ਸੈਸ਼ਨ ਹਨ ਕੋਸ਼ਿਸ਼ ਕਰਿਆ ਕਰੋ ਕਿ ਉਹਨੂੰ ਲਾਈਵ ਸੈਸ਼ਨ ਹੀ ਦੇਖਿਆ ਕਰੋ ਠੀਕ ਹੈ ਔਰ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਨੂੰ ਸ਼ੇਅਰ ਕਰੋ ਉਹਨਾਂ ਸਟੂਡੈਂਟਸ ਤੱਕ ਜੋ ਟੀਚਰ ਬੰਨਣਾ ਚਾਹੁੰਦੇ ਆਂ ਬਟ ਕੋਚਿੰਗ ਨੂੰ ਅਫੋਰਡ ਨਹੀਂ ਕਰ ਸਕਦੇ ਠੀਕ ਹੈ ਵਿਦ ਥੀਸ ਵਰਡਸ ਥੈਂਕ ਯੂ ਸੋ ਮਚ ਹੈਵ ਅ ਨਾਈਸ ਟਾਈਮ ਕੀਪ ਸਟੱਡੀ ਬਾਏ ਬਾਏ